ਫਾਸਟੈਗ ਨੂੰ ਲੈ ਕੇ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲੇ ਨੇ ਨਵਾਂ ਫੈਸਲਾ ਲਿਆ ਹੈ। ਜੀ ਹਾਂ, ਹੁਣ ਸਰਕਾਰ ਵੱਲੋਂ ਫਾਸਟੈਗ ਲਗਾਉਣ ਲਈ 30 ਦਿਨ ਦਾ ਸਮਾਂ ਹੋਰ ਦੇ ਦਿੱਤਾ ਗਿਆ ਹੈ, ਜਦਕਿ ਇਸ ਤੋਂ ਪਹਿਲਾਂ 15 ਦਸੰਬਰ ਯਾਨੀ ਅੱਜ ਤੋਂ ਫਾਸਟੈਗ ਲਗਾਉਣਾ ਲਾਜ਼ਮੀ ਕੀਤਾ ਜਾਣਾ ਸੀ, ਪਰ ਸਰਕਾਰ ਨੇ ਇਸ ਵਿੱਚ 30 ਦਿਨ ਦਾ ਸਮਾਂ ਹੋਰ ਦੇ ਦਿੱਤਾ ਹੈ। ਦਰਅਸਲ ਫਾਸਟੈਗ ਦੀ ਕਮੀ ਦੀ ਵਜ੍ਹਾ ਕਰਕੇ ਇਹ ਫੈਸਲਾ ਲਿਆ ਗਿਆ ਅਤੇ ਇਸ ਸੰਬੰਧੀ NHAI ਨੂੰ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਟੋਲ ਪਲਾਜ਼ਾ ਤੇ ਘੱਟੋ ਘੱਟ 75% ਲੈਣ ਦੇ ਵਿੱਚ ਫਾਸਟੈਗ ਦੇ ਜ਼ਰੀਏ ਹੀ ਟੋਲ ਵਸੂਲਿਆ ਜਾਵੇ ਅਤੇ 25% ਤੋਂ ਵੱਧ ਕੈਸ਼ ਵਿੱਚ ਟੋਲ ਨਾ ਵਸੂਲਿਆ ਜਾਵੇ। ਤੁਹਾਨੂੰ ਦੱਸ ਦੇਈਏ ਕਿ ਫਾਸਟੈਗ ਵਿੱਚ ਦੂਸਰੀ ਵਾਰ ਸਮਾਂ ਵਧਾਇਆ ਗਿਆ ਹੈ। ਪਹਿਲਾਂ ਇਸ ਦੀ ਮਿਤੀ 1 ਦਸੰਬਰ ਰੱਖੀ ਗਈ ਸੀ, ਜਿਸ ਤੋਂ ਬਾਅਦ 15 ਦਿਨਾਂ ਦਾ ਸਮਾਂ ਹੋਰ ਵਧਾ ਕੇ 15 ਦਸੰਬਰ ਕਰ ਦਿੱਤੀ ਗਈ ਸੀ, ਪਰ ਹੁਣ ਸਰਕਾਰ ਵੱਲੋਂ ਇਸ ਵਿੱਚ 30 ਦਿਨਾਂ ਦਾ ਹੋਰ ਵਾਧਾ ਕੀਤਾ ਗਿਆ। ਬਿਊਰੋ ਰਿਪੋਰਟ, ਸਟਾਰ ਕੈਨੇਡਾ ਟੀਵੀ।